ਜਦੋਂ ਵੀ ਕੋਈ ਵੀ ਆਪਾਂ ਸੋਫਟਵੇਅਰ ਜਦੋਂ ਇੰਸਟਾਲ ਕਰਦੇ ਹਾਂ ਤਾਂ ਉਹਦਾ ਜਾਂ ਤਾਂ ਆਪਾਂ ਗੂਗਲ ਦੇ ਵਿੱਚ ਲਿਖ ਕੇ ਸਰਚ ਕਰ ਸਕਦੇ ਹਾਂ ਕਿ ਜਿਹੜਾ ਸੋਫਟਵੇਅਰ ਆਪਾਂ ਨੂੰ ਚਾਹੀਦਾ ਆ ਫ੍ਰੀ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਉਹਦੇ ਵਿੱਚ ਪਰ ਬਹੁਤ ਹੀ ਮਲਟੀਪਲ ਜਿਹੜੀਆਂ ਸਾਈਟਸ ਓਪਨ ਹੁੰਦੀਆਂ ਅਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜਾ ਡਾਊਨਲੋਡ ਕਰਨਾ ਸੋ ਜਾਂ ਤਾਂ ਆਪਣੇ ਕੋਲ ਕੋਈ ਵੈਬਸਾਈਟ ਹੋਣੀ ਚਾਹੀਦੀ ਹੈ ਜਾਂ ਫਿਰ ਆਪਣੇ ਕੋਲ ਉਸਦਾ ਲਿੰਕ ਹੋਣਾ ਚਾਹੀਦਾ ਜਿਸ ਦੇ ਥਰੂ ਆਪਾਂ ਈਜ਼ੀਲੀ ਜਿਹੜਾ ਉਹਨੂੰ ਡਾਊਨਲੋਡ ਕਰ ਸਕਦੇ ਹਾਂ ਸੋ ਅੱਜ ਆਪਾਂ ਜਿਹੜਾ ਸੋਫਟਵੇਅਰ ਡਾਊਨਲੋਡ ਕਰਨਾ ਆ ਉਹ ਹੈਗਾ ਆ ਟਾਈਪਿੰਗ ਮਾਸਟਰ ਮਤਲਬ ਉਹਦੇ ਵਿੱਚ ਆਪਾਂ ਟਾਈਪਿੰਗ ਕਰਨ ਆਪਣੀ ਸਪੀਡ ਜਿਹੜੀ ਆ ਟਾਈਪਿੰਗ ਕਰਕੇ ਇਨਕਰੀਜ਼ ਕਰ ਸਕਦੇ ਹਾਂ ਸੋ ਮੈਂ ਉਹਦਾ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਜਦੋਂ ਤੁਸੀਂ ਉਸ ਲਿੰਕ ਦੇ ਉੱਤੇ ਕਲਿੱਕ ਕਰੋਗੇ ਦੈਨ ਤੁਹਾਡਾ ਕੰਪਿਊਟਰ ਵਿੱਚ ਜਿਹੜਾ ਵੀ ਬਰਾਊਜ਼ਰ ਹੋਇਆ ਉਸਦੇ ਉੱਤੇ ਜਿਹੜਾ ਉਹ ਆਟੋਮੈਟਿਕਲੀ ਓਪਨ ਹੋ ਜਾਵੇਗਾ ਪੇਜ ਸੋ ਥੋੜ੍ਹਾ ਨੀਚੇ ਸਕਰੋਲ ਕਰੋਗੇ ਤਾਂ ਇੱਥੇ ਡਾਊਨਲੋਡ ਟਾਈਪਿੰਗ ਮਾਸਟਰ 10 ਲਿਖਿਆ ਹੋਇਆ ਆ ਤੋ ਇਹ ਫ੍ਰੀ ਸੋਫਟਵੇਅਰ ਆ 7 ਦਿਨ ਲਈ ਇਹ ਫ੍ਰੀ ਆ ਅਤੇ 7 ਦਿਨਾਂ ਦੇ ਵਿੱਚ ਤੁਸੀਂ ਜਿਹੜੇ ਆਪਣੀ ਟਾਈਪਿੰਗ ਸਪੀਡ ਇਨਕਰੀਜ਼ ਕਰ ਸਕਦੇ ਹੋ ਕਾਫੀ ਵਧੀਆ ਸੋ ਇਹਦੇ 'ਤੇ ਜਦੋਂ ਮੈਂ ਡਾਊਨਲੋਡ ਬਟਨ ਦੇ ਉੱਤੇ ਕਲਿੱਕ ਕੀਤਾ ਦੈਨ ਇਹ ਡਾਊਨਲੋਡ ਹੋਣਾ ਥੋੜ੍ਹਾ ਸ਼ੁਰੂ ਹੋ ਗਿਆ ਅਤੇ ਇਹ ਪੁੱਛੇਗਾ ਹੁਣ ਕਿ ਇਹ ਸੋਫਟਵੇਅਰ ਕਿੱਥੇ ਰੱਖਣਾ ਆ ਸੋ ਮੈਂ ਇਹਨੂੰ ਡਾਊਨਲੋਡ ਫੋਲਡਰ ਦੇ ਵਿੱਚ ਸੇਵ ਕਰ ਲੈਂਦੀ ਹਾਂ ਦੇਖੋ ਡਾਊਨਲੋਡ ਫੋਲਡਰ ਦੇ ਵਿੱਚ ਮੈਂ ਇਹਨੂੰ ਸੇਵ ਕਰ ਲਿਆ ਸੋ ਇਹ ਹੁਣ ਸੋਫਟਵੇਅਰ ਡਾਊਨਲੋਡ ਹੋਣਾ ਸ਼ੁਰੂ ਹੋ ਗਿਆ ਆ ਮੇਰੀ ਕੰਪਿਊਟਰ ਦੇ ਵਿੱਚ ਸੋ ਆ ਜਿਹੜੇ ਨੀਚੇ 1, 2, 3 ਸਟੈਪਸ ਦੱਸੇ ਹੋਏ ਆ ਇਹ ਦੱਸੇ ਹੋਏ ਆ ਕਿ ਤੁਸੀਂ ਕਿਸ ਤਰ੍ਹਾਂ ਇੰਸਟਾਲ ਕਰ ਸਕਦੇ ਆ ਜ਼ਿਆਦਾਤਰ ਜਿਹੜੇ ਵੀ ਸੋਫਟਵੇਅਰ ਆਪਾਂ ਜਿੱਥੋਂ ਡਾਊਨਲੋਡ ਕਰਦੇ ਹਾਂ ਉਹਦੇ ਵਿੱਚ ਦੱਸਿਆ ਹੁੰਦਾ ਆ ਸੋ ਮੈਂ ਇਸ ਵਿੰਡੋ ਨੂੰ ਕਲੋਜ਼ ਕਰਦੀ ਹਾਂ ਆਪਾਂ ਜਿਹੜਾ ਆ ਡਾਊਨਲੋਡ ਫੋਲਡਰ ਦੇ ਵਿੱਚ ਹੀ ਚਲੇ ਜਾਂਦੇ ਹਾਂ ਤਾਂ ਕਿ ਜਿਹੜਾ ਆਪਾਂ ਨੂੰ ਪਤਾ ਲੱਗ ਜਾਵੇ ਕਿ ਕਿੰਨਾ ਸੋਫਟਵੇਅਰ ਜਿਹੜਾ ਆਪਣਾ ਡਾਊਨਲੋਡ ਹੋ ਚੁੱਕਾ ਡਾਊਨਲੋਡ ਮੇਰਾ ਹੋ ਰਿਹਾ ਆ ਸੋ ਇਹਨੂੰ ਮੈਂ ਕਲੋਜ਼ ਕਰ ਦਿੰਦੀ ਹਾਂ ਸਾਈਟ ਨੂੰ ਅਤੇ ਆਪਾਂ ਚਲੇ ਜਾਂਦੇ ਹਾਂ ਕੰਟੀਨਿਊ ਡਾਊਨਲੋਡਿੰਗ ਦੇ ਉੱਤੇ ਮੈਂ ਕਲਿੱਕ ਕਰ ਦਿੰਦੀ ਹਾਂ ਤਾਂ ਕਿ ਆਪਾਂ ਡਾਊਨਲੋਡ ਫੋਲਡਰ ਦੇ ਵਿੱਚ ਹੀ ਚਲੇ ਜਾਈਏ ਸੋ ਇਹ ਮੇਰਾ ਡਾਊਨਲੋਡ ਫੋਲਡਰ ਜਿਹੜਾ ਆ ਉਹ ਇੱਥੇ ਓਪਨ ਹੋ ਗਿਆ ਆ ਡਾਊਨਲੋਡ ਵਾਲੀ ਜਿਹੜਾ ਪੇਜ ਆ ਸੋ ਇਹਦੇ ਵਿੱਚ ਜਿਹੜਾ ਆ ਡਾਊਨਲੋਡ ਹੋ ਰਿਹਾ ਆ ਹਜੇ ਥੋੜ੍ਹਾ ਜਿਹਾ ਟਾਈਮ ਹੋਰ ਲੱਗੇਗਾ ਜ਼ਿਆਦਾ ਵੱਡਾ ਸੋਫਟਵੇਅਰ ਜ਼ਿਆਦਾ MB ਦਾ ਨਹੀਂ ਹੈਗਾ ਛੋਟਾ ਜਿਹਾ ਸੋਫਟਵੇਅਰ ਆ ਸੋ ਇਹਨੂੰ ਹੁਣ ਮੈਂ ਜਿਹੜਾ ਆ ਸ਼ੋ ਇਨ ਫੋਲਡਰ ਦੇ ਉੱਤੇ ਕਰਕੇ ਓਪਨ ਕਰ ਸਕਦੀ ਦੇਖੋ ਇਹ ਡਾਊਨਲੋਡ ਹੋ ਗਿਆ ਸ਼ੋ ਇਨ ਫੋਲਡਰ ਦੇ ਉੱਤੇ ਜਦੋਂ ਮੈਂ ਕਲਿੱਕ ਕੀਤਾ ਅਤੇ ਆਟੋਮੈਟਿਕਲੀ ਮੈਂ ਡਾਊਨਲੋਡ ਫੋਲਡਰ ਦੇ ਵਿੱਚ ਆ ਗਈ ਜਿੱਥੇ ਮੈਂ ਸੇਵ ਕੀਤਾ ਸੀ ਸੋ ਆਹ ਦੇਖੋ ਜਿੰਨੀ ਜੇ ਟੀ ਬਣੀ ਹੋਈ ਆ ਗ੍ਰੀਨ ਕਲਰ ਦਾ ਜਿਹੜਾ ਲੋਗੋ ਬਣਿਆ ਹੋਇਆ ਹੈ ਟਾਈਪਿੰਗ ਮਾਸਟਰ ਇਸ ਨੂੰ ਤੁਸੀਂ ਹੁਣ ਇਹਦੇ ਉੱਤੇ ਰਾਈਟ ਕਲਿੱਕ ਕਰਨਾ ਆ ਰਾਈਟ ਕਲਿੱਕ ਕਰਕੇ ਤੁਸੀਂ ਰਨ ਐਜ਼ ਐਡਮਿਨਿਸਟ੍ਰੇਟਰ ਦੇ ਉੱਤੇ ਕਲਿੱਕ ਕਰਨਾ ਆ ਜਦੋਂ ਤੁਸੀਂ ਇਹਦੇ ਉੱਤੇ ਕਲਿੱਕ ਕਰੋਗੇ ਦੈਨ ਤੁਹਾਡੇ ਕੋਈ ਇੱਕ ਨਵੀਂ ਵਿੰਡੋ ਜਿਹੜੀ ਆ ਉਹ ਓਪਨ ਹੋਵੇਗੀ ਸੋ ਇਹਦੇ ਵਿੱਚ ਤੁਹਾਨੂੰ ਉਹ ਲੈਂਗੁਏਜ ਪੁੱਛ ਰਿਹਾ ਹੈ ਸੋ ਆਪਾਂ ਜਿਹੜਾ ਇੰਗਲਿਸ਼ ਦੀ ਹੀ ਪ੍ਰੈਕਟਿਸ ਕਰਨੀ ਆ ਸੋ ਇਸ ਕਰਕੇ ਆਪਾਂ ਓਕੇ ਕਰ ਦਿੰਦੇ ਹਾਂ ਇੰਗਲਿਸ਼ ਦੇ ਉੱਤੇ ਸੋ ਇਹ ਜਿਹੜਾ ਹੈ ਡਾਊਨਲੋਡ ਹੋ ਚੁੱਕਾ ਆ ਇੰਸਟਾਲ ਹੋਣਾ ਸ਼ੁਰੂ ਹੋ ਗਿਆ ਆ ਸੋ ਮੈਂ ਜਿਹੜੀ ਪਿਛਲੀ ਵਿੰਡੋ ਨੂੰ ਆਪਾਂ ਇੱਥੋਂ ਪਹਿਲਾਂ ਨੈਕਸਟ ਕਰ ਦਿੰਦੇ ਹਾਂ ਅਤੇ ਪਿਛਲੀਆਂ ਵਿੰਡੋਜ਼ ਮੈਂ ਕਲੋਜ਼ ਕਰ ਦਿੰਦੀ ਹਾਂ ਸੋ ਇੱਥੋਂ ਹੁਣ ਆਪਾਂ ਨੈਕਸਟ ਕਰਨਾ ਆ ਇੱਥੋਂ ਆਈ ਅਸੈਪਟ ਕਰਨਾ ਆ ਆਈ ਅਸੈਪਟ ਦਾ ਐਗਰੀਮੈਂਟ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਵੈਸੇ ਇਹ ਆਪਾਂ ਆਈ ਅਸੈਪਟ ਐਗਰੀਮੈਂਟ ਕਰਨਾ ਸੋ ਇਹਨੂੰ ਕਿੱਥੇ ਸੇਵ ਕਰਨਾ ਸੀ ਸੀ ਦੇ ਵਿੱਚ ਹੀ ਹੈ ਮੇਰੀ ਵਿੰਡੋ ਸੋ ਮੈਂ ਸੀ ਦੇ ਵਿੱਚ ਹੀ ਸੇਵ ਕਰੂੰਗੀ ਇਹਨੂੰ ਇਹਦਾ ਨਾਮ ਤੁਸੀਂ ਦੇ ਸਕਦੇ ਹੋ ਚੇਂਜ ਕਰ ਸਕਦੇ ਹੋ ਔਰ ਇੰਸਟਾਲ ਦੇਖੋ ਹੁਣ ਇਹ ਇੰਸਟਾਲ ਹੋਣਾ ਸ਼ੁਰੂ ਹੋ ਗਿਆ ਹੈ ਤੁਹਾਡੇ ਕੰਪਿਊਟਰ ਦੇ ਵਿੱਚ ਅਤੇ ਇਹ ਜਲਦੀ ਹੀ ਇੰਸਟਾਲ ਹੋ ਜਾਵੇਗਾ ਸੋ ਇਸੇ ਤਰ੍ਹਾਂ ਆਪਾਂ ਹੋਰ ਵੀ ਜਿਹੜੇ ਸੋਫਟਵੇਅਰ ਆ ਇੰਸਟਾਲ ਕਰਦੇ ਹਾਂ ਅਤੇ ਇਸੇ ਤਰ੍ਹਾਂ ਆਪਾਂ ਡਾਊਨਲੋਡ ਕਰ ਸਕਦੇ ਹਾਂ ਬਟ ਇਹੀ ਆ ਕਿ ਤੁਹਾਡੇ ਕੋਲ ਉਸਦਾ ਜਾਂ ਤਾਂ ਵੈਬਸਾਈਟ ਦਾ ਲਿੰਕ ਹੋਣਾ ਚਾਹੀਦਾ ਆ ਜਿਹਦੇ ਵਿੱਚ ਤੁਹਾਨੂੰ ਪਤਾ ਹੋਵੇ ਕਿ ਇਹ ਸੋਫਟਵੇਅਰ ਜਿਹੜਾ ਆ ਸਹੀ ਆ ਕੋਈ ਫੇਕ ਸੋਫਟਵੇਅਰ ਨਹੀਂ ਹੈਗਾ ਆ ਜਾਂ ਤਾਂ ਫਿਰ ਤੁਹਾਡੇ ਕੋਲ ਲਿੰਕ ਹੋਵੇ ਜਾਂ ਫਿਰ ਤੁਸੀਂ ਆਪਣੀ ਸਰਚ ਅਕੋਰਡਿੰਗ ਤੁਸੀਂ ਕਰ ਸਕਦੇ ਹੋ ਆਪਣੇ ਸਮਝ ਦੇ ਅਕੋਰਡਿੰਗ ਕਿ ਕਿਸ ਤਰ੍ਹਾਂ ਜਿਹੜਾ ਸੋਫਟਵੇਅਰ ਕੋਈ ਡਾਊਨਲੋਡ ਤੁਸੀਂ ਗੂਗਲ ਦੇ ਥਰੂ ਸਰਚ ਕਰਕੇ ਵੀ ਕਰ ਸਕਦੇ ਹੋ ਸੋ ਇਹ ਆਲਮੋਸਟ ਹੋ ਹੀ ਗਿਆ ਆ ਇੰਸਟਾਲ ਸੋ ਇੰਸਟਾਲ ਹੋ ਚੁੱਕਾ ਹੈ ਤੁਸੀਂ ਫਿਨਿਸ਼ ਦੇ ਉੱਤੇ ਕਲਿੱਕ ਕਰ ਸਕਦੇ ਹੋ ਸੋ ਫਿਨਿਸ਼ 'ਤੇ ਆਪਾਂ ਕਲਿੱਕ ਕਰਤਾ ਦੇਖੋ ਡਿਸਕਟੋਪ ਦੇ ਉੱਤੇ ਇੱਕ ਟੀ ਗ੍ਰੀਨ ਕਲਰ ਦਾ ਜਿਹੜਾ ਲੋਗੋ ਬਣ ਚੁੱਕਾ ਆ ਸੋ ਇਹੀ ਜਿਹੜਾ ਆਪਣਾ ਟਾਈਪਿੰਗ ਮਾਸਟਰ ਆ ਜਿਹੜਾ ਇੰਸਟਾਲ ਹੋ ਗਿਆ ਸਕਸੈਸਫੁਲੀ ਆਪਣੇ ਕੰਪਿਊਟਰ ਦੇ ਵਿੱਚ ਸੋ ਇਹਨੂੰ ਓਪਨ ਕਰਕੇ ਆਪਾਂ ਇਹਦੇ ਵਿੱਚ ਆਪਾਂ ਜਿਹੜੀ ਆਪਣੀ ਸਪੀਡ ਇਨਕਰੀਜ਼ ਕਰ ਸਕਦੇ ਹਾਂ ਟਾਈਪਿੰਗ ਸਪੀਡ ਸੋ ਇਸਨੂੰ ਯੂਜ਼ ਇਸ ਤਰ੍ਹਾਂ ਆਪਾਂ ਇਹਨੂੰ ਫਿਰ ਕਰ ਸਕਦੇ ਹਾਂ ਨੈਕਸਟ ਵੀਡੀਓ ਵਿੱਚ ਦੇਖਾਂਗੇ ਕਿ ਇਸ ਸੋਫਟਵੇਅਰ ਨੂੰ ਕਿਸ ਤਰ੍ਹਾਂ ਆਪਾਂ ਯੂਜ਼ ਕਰਨਾ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਕਿਹੋ ਜਿਹੀ ਲੱਗੀ ਅਤੇ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਨਾ ਬੈਲ ਬਟਨ ਦੇ ਆਈਕਨ 'ਤੇ ਜ਼ਰੂਰ ਕਲਿੱਕ ਕਰਨਾ ਥੈਂਕ ਯੂ